ਜੀ ਸੁਲੇਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਇੱਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਝੂ ਹੋਈਆਂ ਮੌਤਾਂ ਸ਼ਾਈ ਸੋਗ ਦੀ ਲਹਿਰ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਹਾਂਜੀ ਦੋਸਤੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਵਿੱਚ ਵਾਪਰੇ ਕਹਿਰ ਭਿਆਨਕ ਹਾਦਸੇ ਦੇ ਵਿੱਚ ਮੌਤਾਂ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਜਲੰਧਰ ਦੇ ਰਾਮਾ ਮੰਡੀ ਖੇਤਰ ਵਿੱਚ ਸੁੱਚੀ ਪਿੰਡ ਵਿੱਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਜਿੱਥੇ ਇੱਕ 28 ਸਾਲਾ ਜੋਤੀ ਨਾਂ ਦੀ ਔਰਤ ਆਪਣੀ ਸਹੇਲੀ ਸਰੋਜ ਦੇ ਨਾਲ ਸਕੂਟਰੀ ਤੇ ਪਠਾਨਕੋਟ ਚੌਂਕ ਤੋਂ ਪੀਏਪੀ ਚੌਂਕ ਵੱਲ ਆ ਰਹੀਆਂ ਸਨ ਉਸ ਸਮੇਂ ਇਹਨਾਂ ਦੇ ਨਾਲ ਦੋ ਬੱਚੀਆਂ ਇੱਕ ਜੋਤੀ ਦੀ ਬੇਟੀ ਅਤੇ ਇੱਕ ਪਤੀ ਜੀ ਵੀ ਮੌਜੂਦ ਸਨ ਸੋ ਟੋਟਲ ਚਾਰ ਲੋਕ ਜਿਹੜੇ ਐਕਟਵਾ ਦੇ ਉੱਪਰ ਸਵਾਰ ਸਨ ਇੰਨਾ ਦੀ ਸਕੂਟੀ ਸੜਕ ਤੇ ਖੜੇ ਇੱਕ ਬਰੈਡਾਂ ਦੇ ਟਰੱਕ ਨਾਲ ਟਕਰਾ ਗਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਤੇ ਸਵਾਰ ਜੋਤੀ ਅਤੇ ਉਸ ਦੀ ਭਤੀਜੀ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਜੋਤੀ ਦੀ ਬੇਟੀ ਅਤੇ ਉਸ ਦੀ ਸਹੇਲੀ ਸਰੋਜ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜੋਤੀ ਦੀ ਬੇਟੀ ਵੈਂਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਆ ਇਸ ਹਾਦਸੇ ਦਾ ਕਾਰਨ ਜ਼ਿਆਦਾ ਸਪੀਡ ਜਾਂ ਫਿਰ ਕੁਝ ਹੋਰ ਹੋ ਸਕਦਾ ਹੈ ਪਰ ਹਾਲੇ ਤੱਕ ਕੁਈ ਇਨਫੋਰਮੇਸ਼ਨ ਨਹੀਂ ਮਿਲੀ ਵੀ ਕਾਰਨ ਕੀ ਸੀ ਖੜੇ ਹੋਏ ਬਰੈਡਾਂ ਦੇ ਟਰੱਕ ਵਿੱਚ ਮਗਰੋਂ ਐਕਟਵਾ ਜਿਹੜੀ ਆ ਕੇ ਵੱਜੀ ਹੈ ਸੋ ਇਹ ਹਾਦਸਾ ਸ਼ਾਮੀ 4 ਵਜੇ ਦੇ ਕਰੀਬ ਵਾਪਰਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਦਰਦਨਾਕ ਹਾਦਸਾ ਸੀ ਜਿੱਥੇ ਤਿੰਨ ਜਾਨਾਂ ਜਿਹੜੀਆਂ ਜਾ ਚੁੱਕੀਆਂ ਨੇ ਸੋ ਤੀਜੀ ਚੌਥੀ ਜਾਨ ਵੈਂਟੀਲੇਟਰ ਤੇ ਆਪਣੇ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਆ ਐਕਟਵਾ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਬਰੈਡਾਂ ਦਾ ਟਰੱਕ ਵੀ ਸੜਕ ਦੇ ਉੱਪਰ ਹੀ ਖੜਾ ਹੋਇਆ ਹੈ ਪੰਜਾਬ ਦੀ ਪੁਲਿਸ ਵਾਲੇ ਲੋਕ ਵੀ ਨਾਲ ਹੀ ਖੜੇ ਹੋਏ ਹਨ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਮਰਨ ਵਾਲਿਆਂ ਦੇ ਵਿੱਚ ਜੋਤੀ 28 ਸਾਲਾਂ ਤੇ ਉਸ ਦੀ ਭਤੀਜੀ ਅਸ਼ਨੂਰ 28 ਸਾਲਾਂ ਵਾਸੀ ਪੀਏਪੀ ਕੁਆਟਰ ਵੱਜੋਂ ਹੋਈ ਆ ਤੇ ਉਸ ਦੀ ਸਹੇਲੀ ਸ੍ਰੀ